ਗਗਨ ਲਾਲੀ ਦੁਬਈ ਗਏ ਹਨ। ਪਰ ਕੱਲ ਹੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਗਗਨ ਲਾਲੀ ਨੂੰ ਦੁਬਈ ਪੁਲਿਸ ਨੇ ਅਰੈਸਟ ਕਰ ਲਿਆ। ਕਿਉਂ ਕੀਤਾ ਇਹ ਸਾਰੀ ਗੱਲ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜੂ। ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਆਓ ਲੈ ਕੇ ਚੱਲਦੇ ਹਾਂ ਉਸ ਵੀਡੀਓ ਦੇ ਵੱਲ। ਸੋ ਹੁਣੇ ਬਾਹਰ ਸ਼ੁਰਤੇ ਆ ਗਏ ਸੀ ਤੇ ਗਗਨ ਨੂੰ ਚੱਕ ਕੇ ਲੈ ਗਏ। ਗਗਨ ਨੇ ਮਾਸਕ ਨਹੀਂ ਪਾਇਆ, ਗਗਨ ਨੂੰ ਜਾਈ ਉਹਨਾਂ ਗੱਡੀ 'ਚ ਬਿਠਾ ਤਾ। ਉਹ ਕਹਿੰਦੇ ਆਪਣਾ ਵੀਜ਼ਾ ਵਿਖਾ, ਗਗਨ ਨੂੰ ਵੀਜ਼ਾ ਨਹੀਂ ਹੈਗਾ ਸੀ। ਉਹਦਾ ਜਿਹੜਾ ਵੀਜ਼ਾ ਸੀ ਉਹਦੇ ਪੇਪਰ ਸਾਰੇ ਉਹਦੇ ਵਿੱਚ ਬੈਗ 'ਚ ਪਏ ਸੀ। ਸੋਨੂੰ 5-10 ਮਿੰਟ ਬਿਠਾਇਆ ਅੰਦਰ, ਫਿਰ ਉਹਨਾਂ ਨੇ ਛੱਡਿਆ ਕਿਉਂਕਿ ਇਹਨੇ ਮਾਸਕ ਨਹੀਂ ਪਾਇਆ ਸੀ। ਤੇ ਇੱਕ ਬੰਦੇ ਨੂੰ 3000 ਦਰਹਮ ਫਾਈਨ ਪਾਇਆ ਉਹਨਾਂ ਨੇ। ਹੁਣ ਇਹ ਇੱਥੋਂ ਦਾ ਬੰਦਾ ਇੱਕ ਸਾਨੂੰ ਕਹਿ ਗਿਆ ਕਿ ਹਾਲੇ ਤੁਸੀਂ ਅੰਦਰ ਸ਼ੋਪਿੰਗ ਕਰੋ,